सरहदी इलाका खेमकरन के पिंड मेहंदीपुर विखे गुरुद्वारे च पाठ सीख आई 16 साल की नाबालिग लड़की नाल ग्रंथी वालों अश्लील हरकतों की वीडियो वायरल होने नाल इलाका भर च चर्चा, जिस संबंधी पता लग्या कि लड़की के बयान से ग्रंथी से मामला दर्ज कर लिया गया है। जो कि मैं गुरुद्वारा साहब विखे पाठ सीख जाती सी, सब तो पहले दिन मैं गुरुद्वारा साहब विखे पाठ करती पई सी, तो मैं पाठ करके गुटका साहब रख दिता, तो बाबा जी मैनू कहिंदे कि गुटका साहब लैके अंदर आके मैनू पाठ सुना। मैं क्या बाबा जी मैं अंदर नहीं जाना, बाबा जी जबरदस्ती मैनू अंदर लैके गया। पहले दिन बाबा जी ने मेरे तो पाठ सुन लिया, जो बाबा जी कहिंदे अगले दिन फिर आई, मैं अगले दिन फिर गई, तो बाबा जी ने मेरे तो पाठ सुन के मेरी लत खिंच के मैनू हेठां सुट दिता, जो कि उन्हें मेरे शरीर नाल छेड़छाड़ की। बाद विच बाबा लवप्रीत सिंह कहिंदे कि मेरी तेरे कोल वीडियो है, नहीं तो तू ही मेरे नाल छेड़छाड़ कर। बाबा लवप्रीत सिंह जी ने मैनू भी ये हरकत करने लई कहा। मैं क्या बाबा जी तुसी गुरुद्वारा साहब दे ग्रंथी हो? कहिंदे बेटा कोई गल नहीं। बाबा जी ने भी मेरे नाल छेड़छाड़ की, ते मैनू अंदर घेर लिया। बाद विच अगले दिन मैं गुरुद्वारा साहब विखे गई, उन्हां मैनू नवें दरबार विच लै के गए, उत्थे मेरे लीड़े कपड़े पाड़े अते मेरी सलवार भी ला दित्ती। मैं ये गल घरदिआं नू नहीं दसी सी कि वह मैनू कुटणगे ते मरणगे, इस करके मैं ये गल किसी नू नहीं दसी, ते उन्हां मेरी वीडियो सारे थां ते भेज दित्ती। ਜਿਹੜਾ ਬਾਬਾ ਸੀਗਾ ਜਿਹਦੇ ਨਾਲ ਵੀਡੀਓ ਉਹਦਾ ਨਾਂ ਕੀ ਹੈ? ਬਾਬਾ ਬਲਵੀਰ ਸਿੰਘ ਤੇ ਬਾਬਾ ਲਵਪ੍ਰੀਤ ਸਿੰਘ। ਕੀ ਨਾਮ ਹੈ ਤੁਹਾਡਾ? ਪ੍ਰਗਟ ਸਿੰਘ, ਮੈਂਬਰ ਪੰਚਾਇਤ ਪਿੰਡ ਮੇਹੀ। ਇੱਕ ਜਿਹੜਾ ਤੁਹਾਡੇ ਪਿੰਡ ਦੀ ਵੀਡੀਓ ਵਾਇਰਲ ਹੋਣ ਦੀ ਹੈ ਲੜਕੀ ਦੀ, ਕੀ ਮਸਲਾ ਹੈ ਸਰ? ਇਹ ਮਸਲਾ ਵੀਰ ਜੀ ਇਸ ਤਰ੍ਹਾਂ ਹੈ ਕਿ ਗੁਰਦੁਆਰਾ ਦਸ਼ਮੇਸ਼ ਦਰਬਾਰ ਪੱਤੀ ਮੱਲੇਗੀ ਦੇ ਵਿੱਚ ਕੁਝ ਦਿਨ ਪਹਿਲਾਂ ਇੱਥੇ ਬੱਚਿਆਂ ਨੂੰ ਪਾਠ ਸਿਖਾਇਆ ਜਾਂਦਾ ਸੀ ਗੁਰਦੁਆਰੇ ਦੇ ਪ੍ਰਧਾਨ ਵੱਲੋਂ ਔਰ ਗ੍ਰੰਥੀ ਵੱਲੋਂ, ਔਰ ਇੱਥੇ ਬੱਚੇ ਕਾਫੀ ਜਾਂਦੇ ਸੀ ਜਿਹੜੇ ਉਹ ਸਹਿ ਸਹਿ ਘੜਦੇ ਘੜਦੇ ਮੁੜ ਕੇ ਇੱਕ ਦੋ ਰਹਿ ਗਏ, ਅਤੇ ਗੁਰਦੁਆਰਾ ਸਾਹਿਬ ਦੇ ਅੰਦਰ CCTV ਕੈਮਰੇ ਲੱਗੇ ਹੋਏ ਸੀ, ਔਰ ਇੱਥੇ ਬੱਚਿਆਂ ਨੂੰ ਪਾਠ ਸਿਖਾਉਂਦਿਆਂ ਨਹੀਂ ਕਿ ਜਿਹੜੇ ਬੰਦਿਆਂ ਨੇ ਇਹਨਾਂ ਦੇ ਮਨ 'ਚ ਗਲਤ ਹਰਕਤ ਆ ਗਈ, ਇਹਨਾਂ ਦੇ ਮਨ 'ਚ ਜਿਹੜੀ ਸੀ ਉਹ ਗਲਤ ਖਿਆਲ ਆ ਗਏ। ਕੀ ਨਾਂ ਬੰਦਿਆਂ ਦਾ ਜੀ? ਜਿਹਨਾਂ ਬੰਦਿਆਂ ਦਾ ਨਾਂ ਜੀ ਬਲਵੀਰ ਸਿੰਘ ਸਨ ਆਫ ਕਸ਼ਮੀਰ ਸਿੰਘ, ਔਰ ਲਵਪ੍ਰੀਤ ਸਿੰਘ ਸਨ ਆਫ ਗੁਰਮੀਤ ਸਿੰਘ। ਜਿਹੜੇ ਜਿਹਦੀ ਵੀਡੀਓ ਉਹਦਾ ਨਾਂ ਕੀ ਹੈ ਜੀ? ਉਹਨਾਂ ਦਾ ਨਾਂ ਬਲਵੀਰ ਸਿੰਘ ਹੈ ਜੀ। ਕੋਈ ਲਿਖਤੀ ਦਿੱਤੀ ਦਰਖਾਸਤ ਇਸ ਸੰਬੰਧੀ? ਜੀ ਦਰਖਾਸਤ ਅਸੀਂ SHO ਸਾਹਿਬ ਨੂੰ ਦੇ ਕੇ ਆਏ ਹਾਂ। ਅਤੇ ਕੋਈ ਹੋਈ ਕਾਰਵਾਈ? ਬਸ ਜੀ ਉਹ ਸਾਨੂੰ ਵਿਸ਼ਵਾਸ ਦਵਾਇਆ ਵੀ ਕੁਛ ਸਮੇਂ ਤੱਕ ਉਹਨਾਂ ਦੀ ਕਾਰਵਾਈ ਕਰ ਦਿੰਦੇ। ਕੀ ਮੰਗ ਕਰਦੇ? ਕੁਛ ਦਿਨ ਪਹਿਲਾਂ ਪਿੰਡ ਦੀ ਪੰਚਾਇਤ ਵੱਲੋਂ ਵੀ ਇੱਕ ਫੈਸਲਾ ਲਿਆ ਗਿਆ ਜਿਹਦੇ ਵਿੱਚ ਇਹਨੂੰ ਲਵਪ੍ਰੀਤ ਸਿੰਘ ਨੂੰ ਗੁਰਦੁਆਰੇ ਦੀ ਕਮੇਟੀ 'ਚੋਂ ਬਾਹਰ ਕੱਢਿਆ ਗਿਆ ਜੀ। ਉਹ ਕੀ ਮਾਮਲਾ ਸੀ ਜੀ? ਮਾਮਲਾ ਸਰ ਇਸ ਤਰ੍ਹਾਂ ਹੈ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਦੇਰ ਤੋਂ ਇਹ ਗਲਤ ਹਰਕਤਾਂ ਚੜੀਆਂ ਸੀ, ਚੱਲਦੀਆਂ ਸੀ, ਅਤੇ ਇਹ ਜਿਹੜਾ ਬਾਬਾ ਬਲਵੀਰ ਸਿੰਘ ਹੈ ਔਰ ਆਪਣਾ ਲਵਪ੍ਰੀਤ ਸਿੰਘ ਗ੍ਰੰਥੀ ਹੈ, ਉਹ ਦੋਵੇਂ ਕਰਤਾਰ ਤੋਂ ਗਿਰੇ ਹੋਏ ਬੰਦੇ ਸੀ, ਇਹਨਾਂ ਨੂੰ ਇੱਕ ਦੂਜੇ ਦੀਆਂ ਕਮਜ਼ੋਰੀਆਂ ਦਾ ਦੋਨਾਂ ਪਤਾ ਸੀ, ਔਰ ਉਹ ਦੋਵੇਂ ਜਿਹੜੇ ਸੀ ਇਹ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਜਿਹੜੇ ਸੀ ਉਹ ਔਰਤਾਂ ਦੇ ਨਾਲ ਗਲਤ ਹਰਕਤਾਂ ਕਰਦੇ ਸੀ, ਜਿਹਦੀਆਂ ਕੁਝ ਤਾਂ ਰਿਪੋਰਟਾਂ ਜਿਹੜੀਆਂ ਕਮੇਟੀ ਤੱਕ ਜਾਂਦੀਆਂ ਵੀ ਰਹੀਆਂ, ਔਰ ਕੁਛ ਦਿਨ ਪਹਿਲਾਂ ਜਦੋਂ ਇਹਨਾਂ ਪਹਿਲਾਂ ਬਾਬੇ ਬਲਵੀਰ ਸਿੰਘ ਦੀ ਜਿਹੜੀ ਸੀ ਉਹ ਵੀਡੀਓ ਜਿਹੜੀ ਸੀ ਉਹ ਧੋਖੇ ਨਾਲ ਇਹਨੇ ਆਪਣੇ ਨੇ ਕੈਚ ਕਰਵਾਈ ਆ ਲਵਪ੍ਰੀਤ ਸਿੰਘ ਨੇ ਆਪਣੇ ਭਰਾ ਦੇ ਥਰੂ, ਕਿਉਂਕਿ ਜਿਹੜਾ ਰਿਕਾਰਡਿੰਗ ਸਿਸਟਮ ਸੀ ਉਹ ਸੁਖਮੀਰ ਸਿੰਘ ਦੇ ਘਰ ਲਗਾਇਆ ਸੀ, ਔਰ ਉੱਥੇ ਰਾਜਾ ਔਰ ਸੁਖਮੀਰ ਸਿੰਘ ਦਾ ਅਤੇ ਉਹ ਲਵਪ੍ਰੀਤ ਸਿੰਘ ਦਾ ਜਿਹੜਾ ਘਰ ਇਕੱਠਾ ਹੈ ਉੱਥੇ ਜਿਹੜਾ ਇਹਨਾਂ ਦੀਆਂ ਵੀਡੀਓ ਇਹਨਾਂ ਖੁਫੀਆ ਕੈਮਰਾ ਲਾ ਕੇ ਅਤੇ ਬਾਬੇ ਦੀ ਬਲਵੀਰ ਸਿੰਘ ਦੀ ਜਿਹੜੀ ਵੀਡੀਓ ਆ ਉਹ ਰਿਕਾਰਡਿੰਗ ਕਰਦੀ, ਔਰ ਰਿਕਾਰਡਿੰਗ ਕਰਨ ਤੋਂ ਬਾਅਦ ਇਹਨਾਂ ਬਾਬੇ ਬਲਵੀਰ ਸਿੰਘ ਨੂੰ ਬਲੈਕਮੇਲ ਕੀਤਾ, ਔਰ ਉਹ ਤੋਂ 2 ਲੱਖ ਰੁਪਈਆ ਨਾਲ ਜਿਹੜਾ ਹੈ ਉਹ ਵੀਡੀਓ ਡਿਲੀਟ ਕਰਨ ਦਾ ਵਿਖਾ ਕੇ ਉਹਨੂੰ ਲਿਆ, ਜਿਹੜੀ ਉਹ ਸਵੇਰੇ ਇੱਥੇ ਸਾਬਤ ਕਰਕੇ ਗਏ ਆ, ਔਰ ਇਹੋ ਹੀ ਵੀਡੀਓ ਇਹਨਾਂ ਜਦੋਂ ਗੁਰਦੁਆਰਾ ਸਾਹਿਬ 'ਚ ਲੜਕੀ ਗਈ ਆ ਲਵਪ੍ਰੀਤ ਸਿੰਘ ਨੇ ਉਹਨੂੰ ਵਿਖਾਈ ਆ ਔਰ ਉਹਨੂੰ ਡਰਾਇਆ ਅਤੇ ਧਮਕਾਇਆ ਵੀ ਇਹ ਮੈਂ ਤੇਰੀ ਵੀਡੀਓ ਜਿਹੜੀ ਆ ਵਾਇਰਲ ਕਰ ਦਿਆਂਗਾ, ਨਹੀਂ ਤਾਂ ਤੂੰ ਵੀ ਮੇਰੇ ਨਾਲ ਜਿਹੜਾ ਉਹ ਸੰਬੰਧ ਬਣਾ, ਔਰ ਇਹ ਗੱਲ ਕਰਕੇ ਜਿਹੜੀ ਆ ਉਹ ਲੜਕੀ ਨੂੰ ਇਹਨਾਂ ਡਰਾ ਲਿਆ, ਕਿਉਂਕਿ 13-14 ਸਾਲ ਦੀ ਲੜਕੀ ਸੀ ਇਹ, ਆਪਣਾ ਸੁਖਮੀਰ ਆਪਣੇ ਲਵਪ੍ਰੀਤ ਸਿੰਘ ਨੇ ਉਹ ਲੜਕੀ ਨਾਲ ਵੀ ਜਿਹੜੀਆਂ ਅਸ਼ਲੀਲ ਮਾੜੇ ਜਿਹੜੇ ਆ ਸੰਬੰਧ ਜਿਹੜੇ ਆ ਹਰਕਤਾਂ ਕੀਤੀਆਂ। ਜਿਹੜਾ ਬਲਵੀਰ ਸਿੰਘ ਇਹ ਗੁਰਦੁਆਰੇ ਦਾ ਗ੍ਰੰਥੀ ਸੀ ਕਿ ਪ੍ਰਧਾਨ ਸੀ? ਇਹ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਾਉਂਦਾ ਸੀ, ਇਹ ਗੁਰਦੁਆਰੇ ਸਾਹਿਬ ਦਾ ਪ੍ਰਧਾਨ ਸੀ, ਇਹਨੂੰ ਸਾਰੀ ਸੇਵਾ ਦਾ ਸੰਭਾਲ ਇਹਨੂੰ ਸੰਭਾਲਿਆ ਸੀ, ਪ੍ਰਧਾਨ ਸੀ ਬਣਾਇਆ ਗੁਰਦੁਆਰਾ। ਹਾਂਜੀ ਪ੍ਰਧਾਨ। ਠੀਕ ਹੈ ਜੀ।
ਕੀ ਨਾਮ ਬਾਈ ਤੁਹਾਡਾ? ਰਾਮ ਸਿੰਘ ਜੀ। ਇੱਕ ਜਿਹੜੀ ਵੀਡੀਓ ਵਾਇਰਲ ਹੋਣ ਦੀ ਤੁਹਾਡੇ ਪਿੰਡ ਦੇ ਕੀ ਮਸਲਾ? ਉਹ ਜੀ ਸੁਪ੍ਰੀਤ ਕੌਰ ਮੇਰੀ ਭਤੀਜੀ ਆ, ਉਹਦੀ ਵੀਡੀਓ ਜਦੋਂ ਮੈਂ ਵੇਖੀ ਤੇ ਬਹੁਤ ਬਲਵੀਰ ਸਿੰਘ ਤੇ ਲਵਪ੍ਰੀਤ ਸਿੰਘ ਨੇ ਬਹੁਤ ਘਿਨਾਉਣੀ ਹਰਕਤ ਕੀਤੀ ਆ ਗੁਰਦੁਆਰੇ ਦੇ ਹਦੂਦ ਦੇ ਵਿੱਚ। ਮੈਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦਾ ਵੀ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਇਹਨਾਂ ਦੀ ਕੀਤੀ ਜਾਵੇ। ਇਹ ਪਹਿਲੀ ਹਰਕਤ ਹੈ ਕਿ ਅੱਗੇ ਵੀ ਇਸ ਤੋਂ ਪਹਿਲਾਂ ਕੋਈ ਮਸਲਾ? ਇਹਨਾਂ ਦੀਆਂ ਰਿਪੋਰਟਾਂ ਆ ਰਹੀਆਂ ਹੈ ਜੀ, ਇਹ ਵੀ ਗੁਰਦੁਆਰੇ ਹਦੂਦ ਦੇ ਅੰਦਰ ਮਾੜਾ ਕੰਮ ਕਰਦੇ ਆ, ਪਰ ਹੁਣ ਤਾਂ ਇਹ ਜੱਗ ਜ਼ਾਹਰ ਹੋ ਗਿਆ, ਵੀਡੀਓ ਵੀ ਵਾਇਰਲ ਹੋ ਗਈ ਆ। ਅਤੇ ਮੈਂ ਪ੍ਰਸ਼ਾਸਨ ਤੋਂ ਐਸ ਐਸ ਪੀ ਸਾਹਿਬ ਤੋਂ ਮੰਗ ਕਰਦਾ ਵੀ ਇਹਨਾਂ ਦੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਾ ਇਹਦੀ ਸੰਬੰਧ ਦੇ ਵਿੱਚ ਸਾਡੇ ਕੋਲ ਇੱਕ ਵੀਡੀਓ ਪਬਲਿਕ ਨੇ ਵਾਇਰਲ ਕੀਤੀ ਸੀ ਵੀ ਉਹ ਸਰਪ੍ਰੀਤ ਕੌਰ ਜਿਹੜੀ ਲੜਕੀ ਆ ਛੋਟੀ ਉਮਰ ਦੀ 13 ਸਾਲ ਦੀ, ਉਹ ਉੱਥੇ ਮਤਲਬ ਆਪਣਾ ਪਾਠ ਸਿੱਖਣ ਵਾਸਤੇ ਗੁਰਦੁਆਰਾ ਮਹਿੰਦੀਪੁਰ ਜਾਂਦੇ ਸੀ ਅਤੇ ਉੱਥੇ ਬਲਵਿੰਦਰ ਸਿੰਘ ਪ੍ਰਧਾਨ ਜਿਹੜਾ ਵਾ ਅਤੇ ਉਹ ਉਮਰ ਉਹਦੀ 80 ਸਾਲ ਸੀਗੀ, ਉਹਦੀ ਇੱਕ ਵੀਡੀਓ ਜਿਹੜੀ ਆ ਵਾਇਰਲ ਹੋਈ ਵੀ ਉਹ ਲੜਕੀ ਦੇ ਨਾਲ ਜਿਹੜਾ ਅਸ਼ਲੀਲ ਹਰਕਤਾਂ ਕਰ ਰਿਹਾ ਸੀਗਾ। ਅਤੇ ਜਿਹਦੇ ਸੰਬੰਧ ਦੇ ਵਿੱਚ ਜਦੋਂ ਸਾਡੇ ਕੋਲ ਵੀ ਉਹਦੇ ਤੁਰੰਤ ਜਿਹੜਾ ਐਸ ਐਚ ਓ ਤਰਸੇਮ ਸੀ, ਐਸ ਐਚ ਓ ਖੇਮਕਰਨ ਜਿਹੜੇ ਆ ਮੌਕੇ 'ਤੇ ਗਏ ਆ ਅਤੇ ਲੜਕੀ ਦੀ ਜਿਹੜੀ ਆ ਸਟੇਟਮੈਂਟ ਜਿਹੜੀ ਆ ਉਹ ਲੇਡੀ ਸਟਾਫ ਵੱਲੋਂ ਜਿਹੜੀ ਆ ਲਈ ਜਾ ਰਹੀ ਆ ਅਤੇ ਜਦੋਂ ਵੀ ਉਹਦੀ ਸਟੇਟਮੈਂਟ ਕੰਪਲੀਟ ਹੁੰਦੀ ਆ ਉਹ 'ਤੇ ਵੀ ਬਣਦੀਆਂ ਧਰਾਵਾਂ ਤਹਿਤ ਉਸੇ ਵੇਲੇ ਬਲਵਿੰਦਰ ਸਿੰਘ ਦੇ ਖਿਲਾਫ਼ ਪਰਚਾ ਦਰਜ ਕੀਤਾ ਜਾ ਰਿਹਾ।